ਪਿਛਲੇ ਦਿਨੀ ਨਾਭਾ ਦੇ DSP ਦਵਿੰਦਰ ਸਿੰਘ ਭੁੱਲਰ ਦੀ ਉਹਨਾਂ ਦੇ ਹੀ 32 ਬੋਰ ਤੇ ਰਿਵਾਲਵਰ ਦੇ ਨਾਲ ਮੌਤ ਦੀ ਖਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਕਤਲ ਦੇ ਸ਼ੰਕੇ ਖੜੇ ਕੀਤੇ ਗਏ ਸੀ। ਪਰ ਹੁਣ ਇਸ ਮਾਮਲੇ ਦੇ ਵਿੱਚ ਨਾਭਾ ਦੇ ਮੌਜੂਦਾ DSP ਦਵਿੰਦਰ ਸਿੰਘ ਅਤਰੀ ਦੀ ਰਿਪੋਰਟ ਸਾਹਮਣੇ ਆਈ ਹੈ। ਦਵਿੰਦਰ ਸਿੰਘ ਅਤਰੀ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਹੋਈ ਗਗਨਦੀਪ ਸਿੰਘ ਭੁੱਲਰ ਦੀ ਮੌਤ ਉਹਨਾਂ ਦੇ ਨਿੱਜੀ ਕਾਰਨਾਂ ਕਰਕੇ ਹੋਈ ਹੈ। ਉਹਨਾਂ ਨੇ ਦੱਸਿਆ ਕਿ ਦਵਿੰਦਰ ਸਿੰਘ ਭੁੱਲਰ ਨੇ ਆਤਮ ਹੱਤਿਆ ਕੀਤੀ ਹੈ। ਉਹਨਾਂ ਨੇ ਆਪਣੇ ਹੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਸੀ। ਸੁਸਾਈਡ ਕਿਉਂ ਕੀਤਾ, ਕੀ ਕਾਰਨ ਸੀ? ਨਹੀਂ ਨਹੀਂ ਜਦੋਂ ਤੁਹਾਨੂੰ ਦੱਸਿਆ ਆਪਣਾ ਵੀ ਜਿਹੜੇ ਸ਼੍ਰੀ ਗਗਨਦੀਪ ਸਿੰਘ ਭੁੱਲਰ ਸੀਗੇ DSP SOG ਤਾਇਨਾਤ ਸੀਗੇ, ਅਤੇ ਸ਼ਾਮ ਨੂੰ ਪਰਸੋਂ ਜਦੋਂ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਦਾਂ ਕਰਕੇ ਉਹ ਗੋਲੀ ਲੱਗਣ ਨਾਲ ਜਿਹੜਾ ਜ਼ਖਮੀ ਹੋਇਆ ਸੀ ਵੀ ਉਹਨਾਂ ਦੇ ਉੱਥੇ ਪਹੁੰਚੇ ਮੌਕੇ 'ਤੇ, ਅਤੇ ਜਦੋਂ ਹੋਸਪਿਟਲ ਪਹੁੰਚੇ ਤਾਂ ਉਹਨਾਂ ਦੀ ਡੈੱਥ ਹੋ ਚੁੱਕੀ ਸੀ। ਫਿਰ ਅਸੀਂ ਆਪਣਾ ਉਹਨਾਂ ਦੇ ਜਿਹੜੇ ਮਦਰ ਨੇ ਪਰਮਜੀਤ ਕੌਰ ਜੀ ਉਹਨਾਂ ਦੇ ਜਿਹੜਾ ਉਹਨਾਂ ਸਟੇਟਮੈਂਟ ਦਿੱਤੀ ਸੀਗੀ ਵੀ ਜਿਹੜਾ ਇਹ ਥੋੜ੍ਹਾ ਜਿਹਾ ਮਾਨਸਿਕ ਤੌਰ 'ਤੇ ਪਰੇਸ਼ਾਨ ਸੀਗੇ ਕਿਉਂਕਿ ਇਹਨਾਂ ਦਾ ਕੋਈ ਘਰੇਲੂ ਝਗੜਾ ਚੱਲਦਾ ਸੀਗਾ, ਵਾਈਫ ਨਾਲ ਕੋਰਟ ਦੇ ਵਿੱਚ ਚੱਲਦਾ ਸੀਗਾ ਇਹਨਾਂ ਦਾ ਡਾਇਵਰਸ਼ਨ ਲੈ ਕੇ, ਅਤੇ ਜਿਹਦੇ ਕਰਦੇ ਹੋਏ ਇਹਨਾਂ ਨੇ ਆਪਣਾ ਇਹ ਗੋਲੀ ਆਪਣੀ ਮਾਰਦੀ ਸੀਗੀ। ਅਤੇ ਅਸੀਂ ਹੁਣ ਉਹਨਾਂ ਦੇ ਬਿਆਨ 'ਤੇ ਜਿਹੜੀ 174 ਉਹਨਾਂ ਨੇ ਦੱਸਿਆ ਵੀ ਸਾਨੂੰ ਕਿਸੇ ਦਾ ਕੋਈ ਕਸੂਰ ਨਹੀਂ ਹੈ, ਕਿਸੇ ਦਾ ਕੋਈ ਰੋਲ ਨਹੀਂ ਸਾਹਮਣੇ ਆਉਂਦਾ, ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਆ। ਅਸੀਂ ਇਹਨਾਂ ਦਾ 174 ਦੀ ਕਾਰਵਾਈ ਕਰਕੇ ਅਤੇ ਪੋਸਟਮਾਰਟਮ ਜਿਹੜੀ ਆ ਅਸੀਂ ਕਰਵਾਤਾ ਅਤੇ ਕੱਲ੍ਹ ਉਹਦਾ ਸੰਸਕਾਰ ਹੋ ਗਿਆ, ਬਾਕੀ ਅੱਗੇ ਤਫਤੀਸ਼ ਜਾਰੀ ਆ। ਥੈਂਕ ਯੂ। ਪਿਛਲੇ ਦਿਨੀ ਨਾਭਾ ਦੇ DSP ਦਵਿੰਦਰ ਸਿੰਘ ਭੁੱਲਰ ਦੀ ਉਹਨਾਂ ਦੇ ਹੀ 32 ਬੋਰ ਤੇ ਰਿਵਾਲਵਰ ਦੇ ਨਾਲ ਮੌਤ ਦੀ ਖਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਕਤਲ ਦੇ ਸ਼ੰਕੇ ਖੜੇ ਕੀਤੇ ਗਏ ਸੀ। ਪਰ ਹੁਣ ਇਸ ਮਾਮਲੇ ਦੇ ਵਿੱਚ ਨਾਭਾ ਦੇ ਮੌਜੂਦਾ DSP ਦਵਿੰਦਰ ਸਿੰਘ ਅਤਰੀ ਦੀ ਰਿਪੋਰਟ ਸਾਹਮਣੇ ਆਈ ਹੈ। ਦਵਿੰਦਰ ਸਿੰਘ ਅਤਰੀ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਹੋਈ ਗਗਨਦੀਪ ਸਿੰਘ ਭੁੱਲਰ ਦੀ ਮੌਤ ਉਹਨਾਂ ਦੇ ਨਿੱਜੀ ਕਾਰਨਾਂ ਕਰਕੇ ਹੋਈ ਹੈ। ਉਹਨਾਂ ਨੇ ਦੱਸਿਆ ਕਿ ਦਵਿੰਦਰ ਸਿੰਘ ਭੁੱਲਰ ਨੇ ਆਤਮ ਹੱਤਿਆ ਕੀਤੀ ਹੈ। ਉਹਨਾਂ ਨੇ ਆਪਣੇ ਹੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਸੀ। ਸੁਸਾਈਡ ਕਿਉਂ ਕੀਤਾ, ਕੀ ਕਾਰਨ ਸੀ? ਨਹੀਂ ਨਹੀਂ ਜਦੋਂ ਤੁਹਾਨੂੰ ਦੱਸਿਆ ਆਪਣਾ ਵੀ ਜਿਹੜੇ ਸ਼੍ਰੀ ਗਗਨਦੀਪ ਸਿੰਘ ਭੁੱਲਰ ਸੀਗੇ DSP SOG ਤਾਇਨਾਤ ਸੀਗੇ, ਅਤੇ ਸ਼ਾਮ ਨੂੰ ਪਰਸੋਂ ਜਦੋਂ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਦਾਂ ਕਰਕੇ ਉਹ ਗੋਲੀ ਲੱਗਣ ਨਾਲ ਜਿਹੜਾ ਜ਼ਖਮੀ ਹੋਇਆ ਸੀ ਵੀ ਉਹਨਾਂ ਦੇ ਉੱਥੇ ਪਹੁੰਚੇ ਮੌਕੇ 'ਤੇ, ਅਤੇ ਜਦੋਂ ਹੋਸਪਿਟਲ ਪਹੁੰਚੇ ਤਾਂ ਉਹਨਾਂ ਦੀ ਡੈੱਥ ਹੋ ਚੁੱਕੀ ਸੀ। ਫਿਰ ਅਸੀਂ ਆਪਣਾ ਉਹਨਾਂ ਦੇ ਜਿਹੜੇ ਮਦਰ ਨੇ ਪਰਮਜੀਤ ਕੌਰ ਜੀ ਉਹਨਾਂ ਦੇ ਜਿਹੜਾ ਉਹਨਾਂ ਸਟੇਟਮੈਂਟ ਦਿੱਤੀ ਸੀਗੀ ਵੀ ਜਿਹੜਾ ਇਹ ਥੋੜ੍ਹਾ ਜਿਹਾ ਮਾਨਸਿਕ ਤੌਰ 'ਤੇ ਪਰੇਸ਼ਾਨ ਸੀਗੇ ਕਿਉਂਕਿ ਇਹਨਾਂ ਦਾ ਕੋਈ ਘਰੇਲੂ ਝਗੜਾ ਚੱਲਦਾ ਸੀਗਾ, ਵਾਈਫ ਨਾਲ ਕੋਰਟ ਦੇ ਵਿੱਚ ਚੱਲਦਾ ਸੀਗਾ ਇਹਨਾਂ ਦਾ ਡਾਇਵਰਸ਼ਨ ਲੈ ਕੇ, ਅਤੇ ਜਿਹਦੇ ਕਰਦੇ ਹੋਏ ਇਹਨਾਂ ਨੇ ਆਪਣਾ ਇਹ ਗੋਲੀ ਆਪਣੀ ਮਾਰਦੀ ਸੀਗੀ। ਅਤੇ ਅਸੀਂ ਹੁਣ ਉਹਨਾਂ ਦੇ ਬਿਆਨ 'ਤੇ ਜਿਹੜੀ 174 ਉਹਨਾਂ ਨੇ ਦੱਸਿਆ ਵੀ ਸਾਨੂੰ ਕਿਸੇ ਦਾ ਕੋਈ ਕਸੂਰ ਨਹੀਂ ਹੈ, ਕਿਸੇ ਦਾ ਕੋਈ ਰੋਲ ਨਹੀਂ ਸਾਹਮਣੇ ਆਉਂਦਾ, ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਆ। ਅਸੀਂ ਇਹਨਾਂ ਦਾ 174 ਦੀ ਕਾਰਵਾਈ ਕਰਕੇ ਅਤੇ ਪੋਸਟਮਾਰਟਮ ਜਿਹੜੀ ਆ ਅਸੀਂ ਕਰਵਾਤਾ ਅਤੇ ਕੱਲ੍ਹ ਉਹਦਾ ਸੰਸਕਾਰ ਹੋ ਗਿਆ, ਬਾਕੀ ਅੱਗੇ ਤਫਤੀਸ਼ ਜਾਰੀ ਆ। ਥੈਂਕ ਯੂ।